ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਉਹ ਹੈ ਕਿ ਸਖਜਿੰਦਰ ਸਿੰਘ ਲੋਪੋਂ ਜੋ ਕਿ ਪਿਛਲੇ ਦਿਨੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਸੀ 9 ਨੰਬਰ ਐਫ ਆਈ ਆਰ ਐਸ ਐਸ ਓ ਸੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਦਰਜ ਕੀਤੀ ਗਈ ਸੀ ਉਹ ਰਹਾ ਹੋ ਗਏ ਨੇ ਹੁਣ ਜਿਹੜੀ ਇਸ ਵਕਤ ਜਾਣਕਾਰੀ ਹੈ ਕਿ ਸੁਖਜਿੰਦਰ ਲੋਪੋਂ ਉਸ ਕੇਸ ਦੇ ਵਿੱਚੋਂ ਰਿਹਾ ਹੋ ਗਏ ਨੇ ਪਰਚਾ ਕੈਨਸਲ ਹੋਣਾ ਜਾਂ ਉਹ ਗਤੀਵਿਧੀਆਂ ਅੱਗੇ ਦੀਆਂ ਪਰ ਜੋ ਖਬਰ ਇਸ ਵਕਤ ਆ ਰਹੀ ਹੈ ਉਹ ਇਹ ਹੈ ਕਿ ਸੁਖਜਿੰਦਰ ਲੋਪੋਂ ਰਿਹਾ ਹੋ ਗਏ ਨੇ ਹਰ ਪੰਜਾਬੀ ਨੂੰ ਇਹ ਲੱਗ ਰਿਹਾ ਸੀ ਕਿ ਸੁਖਜਿੰਦਰ ਲੋਪੋਂ ਦਾ ਧੱਕਾ ਹੋ ਰਿਹਾ ਹਾਲਾਂਕਿ ਲੋਕਾਂ ਦਾ ਧਿਆਨ ਘੋੜੇ ਵਾਲੇ ਵੀਰਾਂ ਵੱਲ ਨਹੀਂ ਸੀ ਕਿ ਉਹਨਾਂ ਨੇ ਕਰਵਾਇਆ ਪਰ ਸਾਡੀ ਗੱਲ ਘੋੜੇ ਵਾਲਿਆਂ ਨਾਲ ਵੀ ਹੋਈ ਹੈ ਜਿਨ੍ਹਾਂ ਇਹ ਉੱਥੇ ਮਜੂਦ ਸੀ ਉਹ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂ ਸੀ ਸਾਨੂੰ ਇਹ ਖੁਸ਼ੀ ਹੈ ਕਿ ਸਾਡੇ ਉੱਪਰ ਲੱਗ ਰਹੇ ਇਲਜ਼ਾਮ ਉਹ ਵੀ ਕਿਤੇ ਨਾ ਕਿਤੇ ਝੂਠੇ ਸਾਬਤ ਹੋਣਗੇ ਕਿਉਂਕਿ ਅਸੀਂ ਉਹਦੀ ਕੋਈ ਗ੍ਰਿਫਤਾਰੀ ਨਹੀਂ ਕਰਵਾਈ ਉਦੀ ਗ੍ਰਫਤਾਰੀ ਦਾ ਉਹ ਕਾਰਨ ਦੱਸਦੇ ਕਿ ਜਿਹੜੀ ਅਰਸ਼ਦਾਲਾ ਵੱਲੋਂ ਪੋਸਟ ਪਾਈ ਗਈ ਸੀ ਤਾਂ ਪੁਲਿਸ ਨੂੰ ਲੱਗਾ ਕਿ ਸਬੰਧ ਹੋਣਗੇ ਪਰ ਸਖਜਿੰਦਰ ਲੋਪੋਂ ਜੋ ਖੁਦ ਇਹ ਕਹਿ ਰਹੇ ਸੀ ਕਿ ਮੈਂ ਇਸ ਚੀਜ਼ ਤੋਂ ਦੂਰ ਰੱਖਣਾ ਇਹ ਘੋੜਿਆਂ ਵਾਲਿਆਂ ਨੂੰ ਤਾਂ ਉਹਨਾਂ ਦੀ ਇਹ ਵੱਖਰੀ ਗੱਲ ਸੀ ਇਹ ਉਹਨਾਂ ਨੇ ਹਾਲੇ ਪਬਲਿਕ 'ਚ ਨਹੀਂ ਕੀਤੀ ਸੀ ਪਰ ਫਿਲਹਾਲ ਦੀ ਜਿਹੜੀ ਵੱਡੀ ਰਾਹਤ ਹੈ ਉਹ ਇਹ ਹੈ ਕਿ ਸਖਜਿੰਦਰ ਲੋਪੋਂ ਦੀ ਰਿਹਾਈ ਹੋ ਗਈ ਹੈ ਸਖਜਿੰਦਰ ਲੋਪੋਂ ਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਬੜੀਆਂ ਦੁਆਵਾਂ ਸਨ ਪੰਜਾਬ ਦੇ ਲੋਕਾਂ ਦੇ ਮਨ 'ਚ ਵਿੱਚ ਬੜਾ ਰੋਸ ਸੀ ਤੇ ਬੜਾ ਦੁੱਖ ਸੀ ਕਿ ਉਹ ਬੰਦੇ ਦੇ ਉੱਤੇ ਪਰਚਾ ਨਹੀਂ ਹੋਣਾ ਚਾਹੀਦਾ ਸੀ ਚਲੋ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕਰ ਨੀ ਹੁੰਦੀ ਹੈ ਪੁਲਿਸ ਦਾ ਇੱਕ ਕੰਮ ਹੁੰਦਾ ਹੈ ਐਫ ਆਈ ਆਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੰਦਾ ਦੋਸ਼ੀ ਸਾਬਤ ਹੋ ਗਿਆ ਐਫ ਆਈ ਆਰ ਦਾ ਮਤਲਬ ਹੁੰਦਾ ਫਰਸ ਫਰਸਟ ਇਨਫੋਰਮੇਸ਼ਨ ਰਿਪੋਰਟ ਕਿ ਜਦ ਵੀ ਪੁਲਿਸ ਕੋਲੇ ਕੋਈ ਗੱਲ ਆਉਂਦੀ ਹੈ ਤਾਂ ਉਹਦੇ ਤੇ ਇੱਕ ਐਫ ਆਈ ਆਰ ਦਰਜ ਕਰਕੇ ਉਹ ਕੇਸ ਨੂੰ ਅੱਗੇ ਤੋਰਨਾ ਹੁੰਦਾ ਪੁਲਿਸ ਨੂੰ ਲੱਗਿਆ ਹੋਣਾ ਕਿ ਨਹੀਂ ਕੋਈ ਠੋਸ ਸਬੂਤ ਨਹੀਂ ਮਿਲੇ ਕਿਉਂਕਿ ਜਾਂਚ ਦੌਰਾਨ ਪੁਲਿਸ ਬਹੁਤ ਕੁਝ ਦੇਖਦੀ ਹੈ ਪੁਲਿਸ ਦੀ ਕਿਸੇ ਨਾ ਜਿਹੜੀ ਇਸ ਤਰੀਕੇ ਨਾਲ ਸਖਿੰਦਰ ਦਾ ਭਰਾ ਵੀ ਕਹਿੰਦਾ ਸੀ ਤੇ ਹਰਪ੍ਰੀਤ ਬਾਈ ਵੀ ਕਹਿੰਦਾ ਸੀ ਕਿ ਉਹ ਦੁਸ਼ਮਣੀ ਨਹੀਂ ਹੈ ਕਿਸੇ ਦੀ ਪੁਲਿਸ ਨਾਲ ਤੇ ਪੁਲਿਸ ਇਸ ਚੀਜ਼ ਦੇ ਉੱਤੇ ਵ ਧੰਨਵਾਦ ਹੈ ਪੰਜਾਬ ਪੁਲਿਸ ਦਾ ਵੀ ਜਿਨ੍ਹਾਂ ਨੇ ਸਹੀ ਜਾਂਚ ਕਰਕੇ ਉਸ ਵੀਰ ਨੂੰ ਰਿਹਾ ਕੀਤਾ ਧੰਨਵਾਦ ਹੈ ਸਾਰੇ ਸਿਸਟਮ ਦਾ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸੱਚ ਨਾਲ ਖੜੇ ਕਿਉਂਕਿ ਜਦੋਂ ਸਮੱਸਿਆ ਆ ਜਾਵੇ ਤਾਂ ਖੜਨਾ ਜ਼ਰੂਰੀ ਹੁੰਦਾ ਅਸੀਂ ਖੁਸ਼ੀ ਦੇ ਵਿੱਚ ਹਾਸੇ ਦੇ ਵਿੱਚ ਹਰ ਇੱਕ ਵਿਅਕਤੀ ਨਾਲ ਖੜਦੇ ਆਂ ਪਰ ਜਦੋਂ ਦੁੱਖ ਹੁੰਦਾ ਉਹਦੇ ਖੜਨਾ ਜ਼ਰੂਰੀ ਹੁੰਦਾ ਸੋ ਪੰਜਾਬ ਦੇ ਲੋਕਾਂ ਲਈ ਇੱਕ ਖੁਸ਼ਖਬਰੀ ਹੈ ਕਿ ਸਖਜਿੰਦਰ ਲੋਪੋਂ ਜਿਹੜੇ ਆ ਉਹ ਰਿਹਾ ਹੋ ਚੁੱਕੇ ਨੇ ਜਲਦੀ ਹੋ ਸਕਦਾ ਉਹ ਆਪਣੇ ਪੇਜ ਤੋਂ ਪੋਸਟ ਪਾਉਣ ਹੋ ਸਕਦਾ ਕਿਉਂਕਿ ਹਾਲੇ ਬਾਹਰ ਆਉਣਾ ਆਪਣੇ ਘਰੇ ਆਉਣਾ ਕਿਰਾਂ ਇੱਕ ਵਾਰ ਤਾਂ ਘਰ ਦੇ ਉਹਨਾਂ ਨੂੰ ਵੀ ਹੁੰਦਾ ਕਿਉਂਕਿ ਘਰ ਦੇ ਵਿੱਚ ਦੁੱਖ ਦਾ ਮਾਹੌਲ ਹੁੰਦਾ ਘਰ ਦੇ ਵਿੱਚ ਜਿਹੜੀ ਗਮ ਹੁੰਦਾ ਕਿ ਸਾਡਾ ਬੱਚਾ ਇਸ ਤਰੀਕੇ ਨਾਲ ਜਿਹੜਾ ਪਰਚਾ ਪੈ ਗਿਆ ਸਾਡਾ ਇਸ ਤਰੀਕੇ ਨਾਲ ਦੋਸ਼ੀ ਪਾਇਆ ਗਿਆ ਸੋ ਘਰੇ ਇੱਕ ਵਾਰ ਆਵੇਗਾ ਉਸ ਤੋਂ ਬਾਅਦ ਉਹ ਆਪਣੇ ਪੇਜ ਤੇ ਪੋਸਟ ਪਾਉਂਦਾ ਕੀ ਦੱਸਦਾ ਕੀ ਸਭ ਕੁਝ ਬੀਤਿਆ ਉਹ ਹੋ ਸਕਦਾ ਹੈ ਕਿ ਉਹ ਵਧੀਆ ਤਰੀਕੇ ਨਾਲ ਦੱਸੇ ਪਰ ਵੱਡੀ ਗੱਲ ਇਹ ਹੈ ਜਿਹੜੀ ਸਾਡੇ ਸਾਹਮਣੇ ਆਈ ਹੈ ਕਿ ਸਖਜਿੰਦਰ ਲੋਪੋਂ ਜਿਹੜੇ ਉਹ ਰਿਹਾਅ ਹੋਏ ਨੇ ਸੋ بڑے ਲੋਕਾਂ ਦੀਆਂ ਦਵਾਵਾਂ ਵੀ ਸਨ بڑے ਲੋਕ ਸੋਸ਼ਲ ਮੀਡੀਆ ਉੱਤੇ ਵੀ ਸਪੋਰਟ ਕਰ ਰਹੇ ਸਨ ਸੋ ਇਸ ਕਰਕੇ ਜਿਹੜੇ ਦੋਸ਼ ਉਹਨਾਂ ਉੱਪਰ ਲੱਗੇ ਸੀ ਲਾਹਣ ਸਿੰਘ ਗੈਂਗ ਨਾਲ ਸੰਬੰਧਿਤ ਹੋਣ ਦੇ ਆਸ਼ ਮੰਤੋਂ ਦੇ ਹੋ ਸਕਦਾ ਹੈ ਕਿ ਉਹਨਾਂ ਦੋਸ਼ਾਂ ਤੇ ਵੀ ਜਿਹੜਾ ਜੇ ਨਾ ਪਾਇਆ ਗਿਆ ਹੋਇਆ ਕੁਝ ਤਾਂ ਹੀ ਪੁਲਿਸ ਨੇ ਰਿਹਾ ਕੀਤਾ ਹੋਣਾ ਸੋ ਸਾਰੇ ਪੰਜਾਬੀਆਂ ਕੋਲ ਇਹ ਖਬਰ ਪਹੁੰਚਾਉਂਦਾ ਸਾਡਾ ਇੱਕ ਹੀ ਮੰਤਵ ਹੈ ਕਿਉਂਕਿ ਪੰਜਾਬੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਤੇ ਸੁਖਜਿੰਦਰ ਲੋਪੋਂ ਕਦ ਬਸੇ ਬਾਹਰ ਆਵੇਗਾ ਸੋ ਜੇਲ ਜਾਣ ਤੋਂ ਮੈਨੂੰ ਲੱਗਦਾ ਪਹਿਲਾਂ ਪਹਿਲਾਂ ਹੀ ਸੁਖਜਿੰਦਰ ਲੋਪੋਂ ਸਾਡੇ ਵਿੱਚ ਆਏਗਾ ਤੇ ਸੁਖਜਿੰਦਰ ਲੋਪੋਂ ਇਸ ਤੇ ਉੱਤੇ ਆਪਣਾ ਵਧੀਆ ਤਰੀਕੇ ਨਾਲ ਪੱਖ ਰੱਖੇਗਾ